सारी लोकेशन तकने हो नाल नाल तुसा ड्रोन शॉट भी तकने हो सो ए नहीं इथे कोई नहीं तक इथे ठीक है ए जड़ी बन के चल चल जी जी ये जगह है जिथे बच्चा डुबे सेल्फी बनाना सी बस नीचे गिरया तुसा कियां लाईया ने इथे जनाब को जी पिछू अच्छा जी रुड़ी ते जी हां तो फिर इथे फसी जे नहीं मेरी आए वो यारी मेरी ਜਦਾ ਪੱਠੇ ਹੋਣੇ ਨੇ ਕਿੰਨੇ ਚਿਰ ਹੈ ਇਸਕੀ ਲਗਣੇ ਨੇ 32 32 ਫਿਰ ਹੋਰ ਛੱਡਣੀ ਆ ਇਹ ਅਪਲਾਈ ਸਰਾਣਾ ਗੱਲ ਕਰੇ ਵੀ ਤਸੀਹ ਕੋ ਤੁਸਾਂ ਉਸ ਤੋਂ ਬਾਅਦ ਅਗਰ ਤੱਕਿਆ ਜਾਏ ਤਾਂ ਇਹ ਤਾਂ ਕੋ ਆ ਜਾਣਾ ਲੱਗੇ ਆ ਅਸਲਾਮ ਵਾਲੇਕੁਮ ਜੀ ਉਮੀਦ ਕਰਨਾ ਕਿ ਸਾਰੇ ਭੈਣ ਭਰਾ ਠੀਕ ਠਾਕ ਹੋ ਸੋ ਖੁਸ਼ਬਾਸ਼ ਹੋ ਸੋ ਤਾਂ ਅੱਲਾਹ ਤਾਲਾ ਨੇ ਹਿਫਜ਼ ਉਹ ਮਾਨ ਵਿੱਚ ਹੋ ਸੋ ਮਾਸ਼ਾਅੱਲਾ ਜੀ ਸਾਰਿਆਂ ਤੋਂ ਪਹਿਲਾਂ ਤੁਸਾਂ ਸਾਡੀ ਬੈਕਗ੍ਰਾਉਂਡ ਤੱਕਣੇ ਹੋ ਵਿਊ ਕਿੰਨਾ ਖੂਬਸੂਰਤ ਹੈ ਆਫਾਦ ਸਾਹਿਬ ਸਾਡੇ ਨਾਲ ਹਨ ਜਨਾਬ ਅਸਾਂ ਇੱਥੇ ਆਇਆ ਇੰਨਾ ਆ ਕਿ ਤੁਸੀਂ ਜੁਲਿਆ ਇੱਕ ਹੋਰ ਇੰਥਾਈ ਖੂਬਸੂਰਤ ਏਰੀਆ ਤੁਸਾਂ ਕੀ ਉਹ ਵੀ ਦੱਸਣੇ ਆ ਨਾਲ ਇੱਥੇ ਬ੍ਰਿਜ ਹੈ ਅਗਰ ਮੈਂ ਸਮਝਣਾ ਕਿ ਫੈਸਲ ਸਾਹਿਬ ਨਾਲ ਦਾ ਸੰਤ ਹੈ ਤਾਂ ਪਰ ਤੁਸੀਂ ਤੱਕਣੇ ਹੋ ਇੱਥੇ ਇੱਕ ਬ੍ਰਿਜ ਹੈ ਤਾਂ ਫਾਸ ਸਾਹਿਬ ਆਇਆ ਕਿ ਇੱਥੇ ਜੁਲਿਆ ਇਹ ਜਗ੍ਹਾ ਵੀ ਬੜੀ ਸੋਹਣੀ ਹੈ ਤਾਂ ਤੁਸੀਂ ਜੁਲੋ ਜਨਾਬ ਇੱਥੋਂ ਇਸ ਨਵੀਂ ਵੀਡੀਓ ਵਗੈਰਾ ਬਣਾਓ ਮਾੜੀ ਜਿਹੜੀ ਮਰਜ਼ੀ ਸੀ ਨਾ ਇਹ ਸੀ ਕਿ ਨਾਲ ਚਲਸਾਂ ਜਨਾਬ ਜਿਹੜੇ ਘਰਾਟ ਨਹੀਂ ਹੋਣੇ ਘਰਾਟਾਂ ਨਹੀਂ ਵੀ ਵੀਡੀਓ ਇੱਕ ਵਾਰੀ ਫਿਰ ਬਣਾ ਸਾਂ ਤਾਂ ਨਾਲ ਹੀ ਘਰਾਟਾਂ ਨੇ ਨਾ ਆਇਆ ਲੇਕਿਨ ਉਹ ਬੰਦ ਹੈ ਅਸੀਂ ਇੱਥੋਂ ਥੋੜਾ ਕਲਿੱਪ ਨਹੀਂ ਤੇ ਫਿਰ ਅਸਾਂ ਅੱਗੇ ਜਾ ਸਾਂ ਅੱਛਾ ਮੈਂ ਚਾਹ ਸਾਂ ਕਿ ਸਾਰਿਆਂ ਤੋਂ ਪਹਿਲਾਂ ਤੁਸੀਂ ਬੜੀ ਉਹ ਜਗ੍ਹਾ ਨਾਲ ਕਹਿਣਾ ਆਇਆ ਜਗ੍ਹਾ ਨਾ ਆ ਘਰਾਨੀ ਘਰਾਨੀ ਜੀ ਜੀ ਅੱਛਾ ਇਸ ਦੀ ਘਰਾਨੀ ਕਿਹੜੀ ਵਜ੍ਹਾ ਤੋਂ ਆਣੇ ਨੇ ਇਹ ਗਹਿਰੀ ਚ ਥੱਲੇ ਤੋਂ ਇਸ ਦੀ ਘਰਾਨੀ ਆਣੇ ਮਤਲਬ ਹੈ ਕਹਿੰਦੇ ਨੇ ਥੱਲੇ ਆਣੇ ਤੋਂ ਇਸ ਦੀ ਘਰਾਨੀ ਆ ਸਹੀ ਹੋ ਗਿਆ ਤੇ ਕਹਾਣੀ ਹੋਏ ਜਿਹੜੀ ਮਾਸ਼ਾਅੱਲਾ ਇਹ ਪੁਲ ਵਗੈਰਾ ਬੰਤੇ ਆਇਆ ਇਥੋਂ ਅਮਦੋ ਰਾਫਤੀ ਦਰ ਕੁਦਰ ਜਾਣੀ ਹੈ ਕਿਹੜਾ ਏਰੀਆ ਰਾਫਤ ਇਧਰੋਂ ਆ ਰਹੀ ਹੈ ਪਹਿਲੀ ਖੰਡਾਰ ਤੋਂ ਸਿੱਧਾ ਪਾਰ ਕਰੇਲਾ ਜਗ੍ਹਾ ਨਾ ਆਇਆ ਤਾਂ ਉੱਥੇ ਜਿਹਦਾ ਮਿਲੀ ਹੈ ਸਾਹਮਣੇ ਇਹ ਕਰੇਲਾ ਆ ਸਹੀ ਹੋ ਗਿਆ ਜੀ ਸਾਹਿਬ ਉੱਪਰ ਤੁਸਾਂ ਨੇ ਮੱਲਾ ਸੰਕਰੇਲਾ ਉਹ ਜੀ ਜੀ ਸਹੀ ਹੋ ਗਿਆ ਤਾਂ ਤੁਸਾਂ ਕੋਈ ਮਿਗੀ ਵਾਕਿਆ ਸੁਣਾਇਆ ਕਿ ਇੱਥੇ ਕੋਈ ਬੱਚੇ ਨਾਲ ਮਿਗੀ ਸੁਣਾਇਆ ਤੁਸਾਂ ਵਾਕਿਆ ਜੀ ਇੱਥੇ ਤਕਰੀਬਨ 13 14 ਸਾਲ ਦਾ ਬੱਚਾ ਸੀ ਇੱਥੇ ਆਪਣੇ ਸਰਫੀਆਂ ਲੈਣੇ ਗਿਰਿਆ ਥੱਲੇ ਤੇ ਬਸ ਖੋਤ ਹੋ ਗਿਆ ਅੱਛਾ ਕਹਿੰਦੇ ਉਹ ਪਾਣੀ ਰੋਟਾਈ ਸੀ ਉਲਾ ਜੀ ਜੀ ਪਾਣੀ ਨਹੀਂ ਰਫਤਾਰ ਇਤਨੀ ਹੈ ਜਦ ਬਾਰਿਸ਼ਾਂ ਜ਼ਿਆਦਾ ਹੁੰਦਾ ਤਾਂ ਤੇਜ਼ ਰਫਤਾਰ ਹੁੰਦੀ ਹੈ ਵੈਸੀ ਰਫਤਾਰ ਹੀ ਹੁੰਦੀ ਹੈ ਫੈਸਲ ਸਾਹਿਬ ਕੀ ਆਸਾਂ ਅੱਛੋ ਨਾਲ ਥੋੜਾ ਆਸਾਂ ਚੱਲਨੇ ਆ ਤਾਂ ਦੱਸਨੇ ਆ ਫੈਸਲ ਸਾਹਿਬ ਕੀ ਆਸਾਂ ਇਧਰ ਤੁਸਾਂ ਕਾਇ ਜੋ ਜਗ੍ਹਾ ਤੱਕ ਉਹ ਕਿਤਨੀ ਸੋਹਣੀ ਆ ਪਰ ਪਾਣੀ ਸ਼ਾਣੀ ਬਹਿਣਾ ਲਗੇ ਆ ਸਾਰੀ ਲੋਕੇਸ਼ਨ ਤੱਕਣੇ ਹੋ ਨਾਲ ਨਾਲ ਤੁਸਾਂ ਡਰੋਨ ਸ਼ਾਟ ਵੀ ਤੱਕਣੇ ਹੋ ਸੋ ਤਾਂ ਉਸ ਦੀ ਵਜ੍ਹਾ ਦੂਜੀ ਲਾਸ਼ ਨੇ ਨਾ ਲੋਕ ਤਾਂ ਸਰਫੀਆਂ ਵਗੈਰਾ ਬਣਾਉਣੇ ਨੇ ਤਾਂ ਫਿਰ ਹੀ ਆ ਜੇ ਕੰਮ ਹੋਣੇ ਨੇ ਤਾਂ ਮੈਂ ਤਾਂ ਇਹ ਆਸਾਂ ਜਨਾਬ ਇੱਥੇ ਅਸ਼ਨੇ ਹੋ ਤਾਂ ਤਿਆਰ ਕਰਿਆ ਕਰੋ ਦੁਬਿਆ ਸੀ ਜੀ ਜੀ ਇਹ ਜਗ੍ਹਾ ਹੈ ਜਿੱਥੇ ਬੱਚਾ ਦੁਬਿਆ ਸੈਲਫੀ ਬਣਾਉਣਾ ਸੀ ਤਾਂ ਬਸ ਨੀਚੇ ਗਿਰਿਆ ਠੀਕ ਕਿੰਨਾ ਟਾਈਮ ਹੋ ਗਿਆ ਲਾਈਫ ਕੀ ਤੁਸੀਂ ਤਕਰੀਬਨ ਹੋ ਹੀ ਜਾਂਦੇ ਆ 6-7 ਮਹੀਨੇ ਹੋ ਗਏ ਨੇ 6-7 ਅੱਛਾ ਮਿਗੀ ਕੋਈ ਬੰਦਾ ਬਣਾ ਸੀ ਕਿ ਇਹ ਜਿਹੜਾ ਏਰੀਆ ਆ ਇਹ ਆਣਨ ਕੇ ਸਾਲੋ ਸਾਲ ਹੁਣ ਮੰਗਣਾ ਵਾਕਈ ਇਹ ਗੱਲ ਹੈ ਜੀ ਜੀ ਇਹ ਗੱਲ ਹੁੰਦੀ ਹੈ ਕਿੰਨੀਆਂ ਕੋਈ ਥਾਂ ਮਵਾਦ ਹੋਈ ਚੁੱਕੀ ਆਣ ਕਾਫੀ ਸਾਰੀ ਹੋਈਆਂ ਨਾਲ ਅੱਛਾ ਸਾਰੀ ਇੱਥੇ ਰੋਕ ਥਾਮ ਕੋਈ ਨਹੀਂ ਕੋਈ ਨਹੀਂ ਲੋਕ ਠਾਕਣੇ ਕੋਣ ਕੀ ਇਥੇ ਨਾ ਅਛੋ ਬਸ ਜਿਸ ਤਰ੍ਹਾਂ ਉਧਰੋਂ ਘੱਟੀ ਵੈ ਤਾਂ ਫਿਰ ਹੋਣੀ ਹੈ ਗੱਲ ਲੇਕਿਨ ਲੋਕ ਤਾਂ ਠਾਕਰੇ ਨੇ ਕਿ ਨਾ ਕੰਮ ਅਛੋ ਆਪਣੇ ਹਫਾਜ਼ਤ ਰੱਖੋ ਇਹ ਗੱਲ ਤਾਂ ਆਇਆ ਬਾਕੀ ਜਨਾਬ ਹੁਣ ਇਸ ਤਰ੍ਹਾਂ ਤੁਸਾਂ ਕੀ ਪਹਿਲੇ ਡਰੋਨ ਨੇ ਸ਼ਾਟ ਹੀ ਥਾਣੇ ਦੱਸਣੇ ਆ ਫਿਰ ਚੱਲਨੇ ਆ ਅਸਾਂ ਜਿਹੜੀ ਅਸਾਂ ਨੇ ਸਨਾ ਪੰਜ ਚੱਕੀ ਲੋਣਨੇ ਆ ਜਿਹੜੀ ਕੋਈ ਚੱਲਨੀ ਵੈ ਤੁਸਾਂ ਕੀ ਉਹ ਵੀ ਦੱਸਣੇ ਆ ਓ ਮਾਇਆ ਕਸ਼ਮੀਰ ਦੀਆ ਕਸ਼ਮੀਰ ਦੀਆ ਕੋਈ ਉੱਡ ਦੇ ਕਾਮਾ ਜਾ ਉਹਦੇ ਨਾਲ ਯਾਰੀ ਮੇਰੀ ਆਏ ਵੋ ਯਾਰੀ ਮੇਰੀ ਜਦਾ ਬਤਲ ਕਰਾ ਮਾਇਆ ਉਹ ਮਾਇਆ ਕਸ਼ਮੀਰ ਦੀਆ ਜਦਾ ਬਤਲ ਕਰਾ ਮਾਇਆ ਇੱਥੇ ਤੁਸੀਂ ਰਾਹ ਤੱਕੋ ਕਿਤਨੇ ਮੁਸ਼ਕਲ ਰਾਹ ਇੰਨਾ ਰਾਹ ਭਰੂ ਲਿਖੜੀ ਤਾਂ ਸਾਂ ਉਹ ਬੁਣ ਗਏ ਹਾਂ ਪੁੱਲਿਆ ਕੋਲ ਵੀਡੀਓ ਚਾਹੀਦੀ ਤਾਂ ਮੈਨੂੰ ਜੇ ਤੱਕ ਨਹੀਂ ਹੋਣਾ ਹਸਪਤਾਲੀ ਸੀ ਥੱਕੇ ਕੋਣ ਤੁਸਾਂ ਬੜੇ ਥੱਕੇ ਨਾ ਜੀ ਇਹ ਤੁਸੀਂ ਜਵਾਨ ਸੁਣਿਸ਼ ਨੇ ਇਹ ਤੱਕ ਨਹੀਂ ਹੋਣਾ ਟੋਟਲੀ ਆ ਜਾ ਰਾਹ ਸੀ ਤੋੜਾ ਜੀਆਂ ਪਰ ਇੱਕ ਗੱਲ ਨੇ ਇੱਧਰ ਠੱਡਕ ਬੜੀ ਨੇ ਇਹ ਤੋਂ ਕੋ ਤੁਸਾਂ ਅਸਲਾਮ ਵਾਲੇਕੁਮ ਠੀਕ ਹੋ ਅਲਹਮਦੁਲਿਲਾ ਅੱਲਾਹ ਦੇ ਸ਼ੁਕਰ ਕਿਆ ਜੈਸੇ ਠੀਕ ਹੈ ਅੱਜ ਜਿਹੜੇ ਦਿਨ ਗੁਜ਼ਰਨੇ ਇਨਸ਼ਾਅੱਲਾ ਉਸ਼ਾਅੱਲਾ ਨੇ ਰਾਤ ਆ ਬਹੁਤ ਮਾਸ਼ਾਅੱਲਾ ਜੀ ਅਜੇ ਕਹਿ ਨਾ ਆਇਆ ਤੁਸਾਂ ਨਾ ਨਾਮ ਆ ਅਬਦੁਲ ਅਜ਼ੀਜ਼ ਅਬਦੁਲ ਅਜ਼ੀਜ਼ ਅੱਛਾ ਇਹ ਦੱਸੋ ਮੀ ਕਿੰਨੇ ਟਾਈਮ ਤੋਂ ਤੁਸੀਂ ਆਟਾ ਪੀ ਰਹੇ ਹੋ
किस तरह चलना है पानी लगा दसो जी नाल नाल घंटे मन आटा पीन चढ़ाट बंद करना वै बंद करना असने अपनी दुनिया रखी मतलब जंदर रखा उसी थले बांधने दी जन अच्छा ओ दसो ना मिकी जुली ते जिसने ना बंद करने ओ घराट ओ उसी ना ग्राड़ी नहीं लाई ग्राड़ी ना लाओ बेटा लकड़ी ने वो बनावा जब राखी उसने ना उठा ले जड़ा बन्ना लाया रे बन्ना अंदाजन कुथा जिया किते आ तुसा सही हो गया पानी जड़ा लादा हाली चक्की वास्ते इधर शना स्पेशल कोई अगर गंद बुला फसी जाना तकने अगले जाती मूह अगू सोलाया जला अगे ठीक हो गया जिस तरह ये चरहे नाल पानी लगना है असा की वो भी जुली दसो किस तरह पानी लगना है ठीक है चलने हैं जनाब ये दसो पहले ये तो थले जान थले पानी पाजला जनाब जड़ी असा नहीं आने ना हवाई सी ना तो ये पूरी अच्छा जी जनाब दस रहे हैं ये नहीं इतना पानी देना सब इधर ठीक है कितने चरहे इसकी लगने बत्ती अच्छा बत्ती लगने तो उसने फिर नहीं है माशाल्लाह जी आपको जनाब तुसा पूरा तको जनाब तको जनाब नाल चाचा असा की दसने जो धड़ा चीजा असा नहीं सन तकिया अज असा वो तकी रहे चाचे आया मुड़े इतने दूरों हैं ते नहीं जनाब कुछ करी पेइया हर एक चीज इन्हें की दसा कूड़ा थला लाइफ
ਤੇ ਜਨਾਬ ਤੋਂ ਕੋਈ ਇਸਰਾ ਲੜਨੀ ਆਏ ਠੀਕ ਹੈ ਇਹ ਥੱਲੇ ਜਿੰਨੀ ਦਾ ਉੱਠਿਆ ਤੱਕ ਇਸੇ ਕਿ ਲਾ ਪਾਣੀ ਲਾਣਾ ਹੀ ਤੱਕਾ ਸਹੀ ਇਹ ਜਿਹੜਾ ਕਰਨਾ ਤੋ ਉਹ ਪੂਰਾ ਨੂੰ ਵਿੱਚ ਖੱਡਾ ਉਹ ਖੱਡੇ ਹੀ ਫਰਮੀ ਕਰ ਰਿਹਾ ਸਹੀ ਹੈ ਯਾ ਮਾਂ ਬਾਲੀ ਹੋ ਨਹੀਂ ਕਿ ਭਾਈ ਇੱਕ ਦਮ ਸਹੀ ਕਰ ਆਤਾ ਤੇ ਤੋ ਸਮਝ ਸੁਣਨ ਨਹੀਂ ਇਹ ਆਤਾ ਤੇ ਮਾਂ ਪੂਰਾ ਜਮਾ ਤੇ ਤੋ ਆਤਾ ਅੱਛਾ ਚਾਚਾ ਇਹ ਵੀ ਮਸ਼ੀਨ ਨਾਲ ਉਸਨੇ ਸਹੀ ਪੀਰ ਹੋ ਰਾਇਆ ਉਹ ਮਾਰ ਜੀ ਮਸ਼ੀਨ ਨਾਲ ਉਸਨੇ ਗੁੰਨ ਨਾ ਲੀ ਪਰ ਅੱਡਾ ਨਹੀਂ ਬੰਨਾ ਠੀਕ ਹੈ ਉਸ ਨੂੰ ਚਲਾਇਆ ਲੋ ਮਾਸ਼ਾਅੱਲਾ ਜੀ ਤੱਕੋ ਤੁਸਾਂ ਮੈਂ ਕੈਮਰਾ ਮੈਨ ਦੀ ਵੀ ਦੱਸਣਾ ਆ ਇਹ ਤੱਕਣੇ ਹੁਣ ਇਤਨਾ ਬਰੀਕ ਬੀਤੇ ਆ ਯਕੀਨ ਮੰਨੋ ਦੁਨੀਆ ਮਸ਼ੀਨਾਂ ਵੀ ਇਸਨੇ ਕਾ ਬੇਬਸ ਆ ਸਹੀ ਹੈ ਯਾ उसको बाद अगर इधर तक क्या जाए तो दो तो त्रै त्रै चार चार दाने सटनी है तो जिन्हें वो सही पीन होने फिर और सटनी है ये प्लाइस ना गल करे भी दसी सको तुसा सही करी तै इसने दाने बने फिर मुड़िए इधर सटना है अच्छा चाचा ये दसो ये जी चक्की है कितने टाइम बाद चेंज करने हो कितने टाइम बाद खत्म हो गया थोड़ा जा चक्किया चली थी तुसा जनाब तको पानी बड़िया ही छलियां मारना इसने तकने होना ये जरा पानी है जनाब ਜਿਹੜਾ ਅੰਦਰ ਚੱਕੇ ਲੱਗੇ ਹੋਏ ਨੌ ਨੌ ਧੋਈ ਤੇ ਸਾਰਾ ਬਾਹਰ ਇਸ਼ਨਾਏ ਤੱਕਣੇ ਹੋ ਉਸ ਤੋਂ ਬਾਅਦ ਅਗਰ ਤੱਕਿਆ ਜਾਏ ਤਾਂ ਇਹ ਤੱਕੋ ਇਹ ਜਾਣਾ ਲੱਗੇ ਆ ਉਸ ਤੋਂ ਅੱਗੇ ਜਨਾਬ ਇਸ ਤਰ੍ਹਾਂ ਕੱਸ ਹੈ ਕੱਸ ਤੱਕਣੇ ਹੁਣ ਇਸ ਪਾਸੇ ਜਾਣਾ ਆ ਇਹ ਟੁੱਟ ਪਤਾ ਨਾ ਤਾਂ ਚੱਕਾ ਤਾਂ ਸੀ ਸਕੇ ਤਾਂ ਨਾ ਕੁਝ ਅੱਜ ਮਾਸ਼ਾਅੱਲਾ ਇਹਨਾਂ ਸਾਰਾ ਕੁਝ ਅਸਾਂ ਕੀ ਦੱਸਿਆ ਆ ਬਈ ਇਹ ਚੀਜ਼ਾਂ ਹੋਣੀਆਂ ਤਾਂ ਬਾਕੀ ਅਸਾਂ ਇੱਥੇ ਆਏ ਹਾਂ ਵੀਡੀਓ ਵਗੈਰਾ ਬਣਾਈ ਹੈ चाचे का असं शुक्रिया अदा करने के इन्हें सी अपना कीमती टाइम दिता है बाकी जनाब भरावें दियो इजाजत तुम्हें चलनी है चक्की भी दसी है मिलसा अगली वीडियो अल्लाह सोने वाला है अल्लाह।